ਪਿਸ਼ੋਰ ਖੈਬਰ ਪਖਤੂਨਖਵਾ ਦਾ ਉਹ ਖਿੱਤਾ ਵੇ ਜਿੱਥੇ ਪਿਛਲੇ ਕਈ ਸਾਲਾਂ ਸੀ ਦਹਿਸ਼ਤਗਰਦੀ ਦਾ ਮਾਹੌਲ ਕਾਇਮ ਹੈ। ਇਸ ਦਹਿਸ਼ਤਗਰਦੀ ਨੇ ਕਈ ਕਾਰ ਉਜਾੜੇ, ਪਰ ਇਹ ਇੱਕ ਕਾਰਵਾਈ ਅਜਿਹੀ ਆਈ ਜਿਹਨੇ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਵਿੱਚ ਫਰਿਸ਼ਤਾ ਸਿਫਤ APS ਦੇ ਮਾਸੂਮ ਬੱਚਿਆਂ ਨੂੰ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ, ਜਿਹੜਾ ਕਿ ਇੱਕ ਕੌਮੀ ਸਾਨੀਆ ਹੈ ਅਤੇ ਇਹ ਅਸੀਂ ਕਦੀ ਵੀ ਨਾ ਭੁੱਲ ਸਕਦੇ ਹਾਂ। ਅਤੇ ਇਸ ਮਾਹੌਲ ਵਿੱਚ ਕੋਈ ਪ੍ਰੋਗਰਾਮ ਕਰਨਾ ਬੜਾ ਮੁਸ਼ਕਲ ਕੰਮ ਹੈ, ਪਰ ਇਹ ਗੰਦਾਰਾ ਹਿੰਦਕੋ ਬੋਰਡ ਅਤੇ ਗੰਦਾਰਾ ਹਿੰਦਕੋ ਅਕੈਡਮੀ ਨੇ ਇਸ ਮਾਹੌਲ ਵਿੱਚ ਇੱਕ ਖਵਾਤੀਨ ਕਾਨਫਰੰਸ ਮੁਨਕਿਦ ਕਰਵਾਉਣ ਦਾ ਚੈਲੇਂਜ ਆਪਣੇ ਸਿਰ ਲਿੱਤਾ। ਗੰਦਾਰਾ ਹਿੰਦਕੋ ਅਕੈਡਮੀ ਅਤੇ ਗੰਦਾਰਾ ਹਿੰਦਕੋ ਬੋਰਡ ਦੇ ਜ਼ੇਰੇ ਇਹਤਮਾਮ ਅਤੇ ਪਿਸ਼ੋਰ ਦੀ ਮੁਖਤਲਿਫ ਯੂਨੀਵਰਸਿਟੀਆਂ ਦੇ ਬਾਹਮੀ ਇਸ਼ਤਰਾਕ ਨਾਲ ਸੂਬੇ ਦੀ ਤਾਰੀਖ ਵਿੱਚ ਪਹਿਲੀ ਦਫ਼ਾ ਹਿੰਦਕੋਵਾਨ ਤ੍ਰਿਮਤਾ ਖਵਾਤੀਨ ਕਾਨਫਰੰਸ 11 ਅਕਤੂਬਰ 2015 ਨੂੰ ਆਰਕਾਈਵਸ ਹਾਲ ਵਿੱਚ ਮੁਨਕਿਦ ਹੋਈ। ਕਾਨਫਰੰਸ ਦਾ ਮੌਜੂ ਆਇਆ ਮਨੂ ਫਖਰ ਏ ਆਪਣੀ ਜ਼ਬਾਨ ਉੱਤੇ। ਹਿੰਦਕੋਵਾਨ ਖਵਾਤੀਨ ਕਾਨਫਰੰਸ ਗੰਦਾਰਾ ਹਿੰਦਕੋ ਅਕੈਡਮੀ ਦੇ ਚੀਫ ਐਗਜ਼ੈਕਟਿਵ ਕਮੇਟੀ ਮੁਹੰਮਦ ਜ਼ਿਆਉਦੀਨ ਦੀ ਸਰਪ੍ਰਸਤੀ 'ਚ ਮੁਨਕਿਦ ਹੋਈ। ਇਸ ਕਾਨਫਰੰਸ ਦੀ ਕਨਵੀਨੀਅਰ ਡਾਕਟਰ ਸਮੀਨਾ ਜ਼ਾਹਿਦ, ਵਾਈਸ ਪ੍ਰਿੰਸੀਪਲ ਖੈਬਰ ਗਰਲਜ਼ ਮੈਡੀਕਲ ਕਾਲਜ ਅਤੇ ਐਗਜ਼ੈਕਟਿਵ ਮੈਂਬਰ ਗੰਦਾਰਾ ਹਿੰਦਕੋ ਅਕੈਡਮੀ ਆਈਆਂ। ਕਾਨਫਰੰਸ ਦੀ ਕੰਪੇਅਰਿੰਗ ਦੇ ਫਰਾਇਜ਼ ਰਿਸਰਚਰ ਗੰਦਾਰਾ ਹਿੰਦਕੋ ਅਕੈਡਮੀ ਹਿਨਾ ਤਾਹਿਰ ਨੇ ਅੰਜਾਮ ਦਿੱਤੇ। ਕਾਨਫਰੰਸ ਦਾ ਬਾਕਾਇਦਾ ਆਗਾਜ਼ ਖਵਾਤੀਨ ਸ਼ੁਰਕਾ ਨੇ ਕਾਨਫਰੰਸ ਦੇ ਹਾਲ ਸੀ ਬਾਹਰ ਆ ਕੇ ਫੀਤਾ ਕੱਟ ਕੇ ਕੀਤਾ, ਅਤੇ ਇਸ ਮੌਕੇ 'ਤੇ ਸੈਂਕੜੋ ਖਵਾਤੀਨ ਮੌਜੂਦ ਆਈਆਂ, ਜਿਨ੍ਹਾਂ ਨੇ ਕਬੂਤਰ ਅਤੇ ਹੁਕਾਨੇ ਹਵਾ ਵਿੱਚ ਛੋੜੇ। ਇਸ ਕਾਨਫਰੰਸ ਵਿੱਚ ਨਾ ਸਿਰਫ ਖਵਾਤੀਨ ਬਲਕਿ ਬੱਚਿਆਂ ਨੇ ਵੀ ਭਰਪੂਰ ਤਰੀਕੇ 'ਤੇ ਸ਼ਿਰਕਤ ਕੀਤੀ। ਗੰਦਾਰਾ ਹਿੰਦਕੋ ਬੋਰਡ, ਗੰਦਾਰਾ ਹਿੰਦਕੋ ਅਕੈਡਮੀ ਦੇ ਚੀਫ ਐਗਜ਼ੈਕਟਿਵ ਕਮੇਟੀ ਮੁਹੰਮਦ ਜ਼ਿਆਉਦੀਨ ਸਾਹਿਬ ਨੇ ਹਿੰਦਕੋਵਾਨ ਖਵਾਤੀਨ ਦੀ ਸ਼ਿਰਕਤ ਨੂੰ ਬੜਾ ਸਰਾਹਾ ਅਤੇ ਉਹਨਾਂ ਨੂੰ ਕਿਹਾ ਕਿ ਉਹ ਹਿੰਦਕੋਵਾਨ ਦੀ ਤਰੱਕੀ ਅਤੇ ਤਰਵੀਜ ਵਾਸਤੇ ਆਪਣਾ ਕਿਰਦਾਰ ਅਦਾ ਕਰਨ, ਆਪਣੇ ਬੱਚਿਆਂ ਨਾਲ ਹਿੰਦਕੋ ਬੋਲਣ। ਆਪਣੀ ਮਾਦਰੀ ਜ਼ੁਬਾਨ ਬੋਲਣ ਨਾਲ ਬੱਚਿਆਂ 'ਚ ਖੁਦ ਇਤਮਾਦੀ ਪੈਦਾ ਹੋ ਸੀ ਅਤੇ ਉਹ ਤਾਲੀਮੀ ਮੈਦਾਨ 'ਚ ਵੀ ਤਰੱਕੀ ਕਰ ਸਨ। ਮੁਹੰਮਦ ਜ਼ਿਆਉਦੀਨ ਸਾਹਿਬ ਨੇ ਤਮਾਮ ਸ਼ੁਰਕਾ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ। ਡਾਕਟਰ ਸਮੀਨਾ ਜ਼ਾਹਿਦ ਨੇ ਕਿਹਾ ਕਿ ਸਾਨੂੰ ਆਪਣੀ ਮਾਦਰੀ ਜ਼ੁਬਾਨ 'ਤੇ ਫਖਰ ਕਰਨਾ ਚਾਹੀਦਾ ਹੈ। ਉਹਨਾਂ ਨੇ ਮਜ਼ੀਦ ਕਿਹਾ ਕਿ ਹਿੰਦਕੋਵਾਨ ਖਵਾਤੀਨ ਜ਼ਬਾਨ ਨੂੰ ਕਲਚਰ ਨੂੰ ਫਰੋਗ ਦੇਣ 'ਚ ਬੜਾ ਅਹਿਮ ਕਿਰਦਾਰ ਅਦਾ ਕਰ ਸਕਦੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਆਇੰਦਾ ਵੀ ਹਰ ਫੋਰਮ 'ਤੇ ਹਿੰਦਕੋਵਾਨ ਖਵਾਤੀਨ ਅੱਗੇ ਆਵਣ, ਕਿਉਂਕਿ ਅਸੀਂ ਹਰ ਲਿਹਾਜ਼ 'ਤੇ ਇੱਕ ਤਹਿਜ਼ੀਬ ਯਾਫਤਾ ਲੋਕ ਹਾਂ। ਹਿੰਦਕੋਵਾਨ ਖਵਾਤੀਨ ਕਾਨਫਰੰਸ 'ਚ ਮੁਖਤਲਿਫ ਸਕਾਲਰਸ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਆਫਤਾਬ ਇਕਬਾਲ ਬਾਨੋ, ਰਿਟਾਇਰਡ ਡਾਇਰੈਕਟਰ ਰੇਡੀਓ ਪਾਕਿਸਤਾਨ, ਮਹਿਮਾਨ ਖਸੂਸੀ ਆਈਆਂ। ਮੁਖਤਲਿਫ ਕਿਤਾਬਾਂ ਦੀ ਮੁਸੰਨਿਫ ਵੀ ਹਨ। ਉਹਨਾਂ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਸਾਡੀ ਕੌਮੀ ਜ਼ਬਾਨ ਉਰਦੂ ਏ, ਪਰ ਸਾਡੀ ਜ਼ਿੰਦਗੀ ਹੀ ਗੈਰ ਮੁਲਕੀ ਜ਼ਬਾਨ ਦੇ ਇਰਦ ਗਿਰਦ ਫਿਰਦੀ ਏ, ਜਦਕਿ ਤਰੱਕੀ ਯਾਫਤਾ ਮਮਾਲਿਕ 'ਚ ਆਪਣੀ ਮਾਦਰੀ ਜ਼ੁਬਾਨ 'ਚ ਤਰਜਮੇ ਕਰਵਾ ਕੇ ਤਾਲੀਮ ਦਿੱਤੀ ਜਾਂਦੀ ਏ, ਕਿਉਂਕਿ ਉਹ ਆਪਣੀ ਜ਼ੁਬਾਨ 'ਤੇ ਫਖਰ ਕਰਦੇ ਨੇ। ਕਾਨਫਰੰਸ ਵਿੱਚ ਹਿੰਦਕੋ ਦੀ ਮੁਸੰਨਫਾ ਅਤੇ ਸ਼ਾਇਰਾ ਬੁਸ਼ਰਾ ਫਰਖ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਕਿ ਜਿਸ ਤਰ੍ਹਾਂ ਹਿੰਦਕੋਵਾਨ ਮਰਦ ਹਰ ਮੈਦਾਨ 'ਚ ਅੱਗੇ ਹੋਣ, ਇਸੀ ਤਰ੍ਹਾਂ ਹਿੰਦਕੋਵਾਨ ਖਵਾਤੀਨ ਵੀ ਕਿਸੇ ਮੈਦਾਨ 'ਚ ਪਿੱਛੇ ਨਿੰਘੀਆਂ। ਕਯਾਮ ਪਾਕਿਸਤਾਨ 'ਚ ਕਈ ਨਾਮਵਰ ਖਵਾਤੀਨ ਨੇ ਆਪਣਾ ਕਿਰਦਾਰ ਅਦਾ ਕੀਤਾ ਅਤੇ ਤਹਿਰੀਕ ਆਜ਼ਾਦੀ 'ਚ ਅਮਲੀ ਜਦੋਜਹਿਦ ਦਾ ਮੁਜ਼ਾਹਰਾ ਕੀਤਾ। ਕਾਨਫਰੰਸ ਦੀ ਸਦਾਰਤ ਬੇਵਾ ਡਾਕਟਰ ਜ਼ਹੂਰ ਅਹਿਮਦ ਆਵਾਨ, ਮੁਹਤਰਮਾ ਫਰਹਦ ਜਬੀਨ ਨੇ ਕੀਤੀ। ਉਹਨਾਂ ਨੇ ਗੰਦਾਰਾ ਹਿੰਦਕੋ ਅਕੈਡਮੀ ਦੀ ਇਸ ਕਾਵਿਸ਼ ਨੂੰ ਬਹੁਤ ਸਰਾਹਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਕਾਨਫਰੰਸ ਵਿੱਚ ਇੱਕ ਮਲਟੀਮੀਡੀਆ ਪ੍ਰੈਜੈਂਟੇਸ਼ਨ ਪੇਸ਼ ਕੀਤੀ ਗਈ, ਜਿਸ ਵਿੱਚ ਮੁਖਤਲਿਫ ਹਿੰਦਕੋਵਾਨ ਮਰਦ ਅਤੇ ਔਰਤਾਂ ਨੇ ਬੜੇ ਫਖਰ ਨਾਲ ਕਿਹਾ ਕਿ ਮੈਂ ਹਿੰਦਕੋਵਾਨ ਹਾਂ ਅਤੇ ਮੈਨੂੰ ਫਖਰ ਹੈ ਆਪਣੀ ਜ਼ੁਬਾਨ ਉੱਤੇ। ਜ਼ੁਬਾਨ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਇੰਟੀਰੀਅਰ ਡਿਜ਼ਾਈਨਰ ਤੇ ਰਾਈਟਰ ਫਰਿਸ਼ਤਾ ਆਵਾਨ ਸਾਹਿਬਾ ਨੇ ਕਿਹਾ
ਕਿ ਜਿਨ੍ਹਾਂ ਕੌਮਾਂ ਦੀ ਤਰੱਕੀ ਦੀ ਦੌੜ ਨੁਮਾਇਆ ਹੈਸੀਅਤ ਵਿੱਚ ਮਕਾਮ ਹਾਸਲ ਕੀਤਾ ਹੈ, ਉਹਨਾਂ ਨੇ ਆਪਣੇ ਕਲਚਰ ਨੂੰ ਫੋਕੀਅਤ ਦਿੱਤੀ ਹੈ। ਬੱਚਿਆਂ ਦੀ ਕਹਾਣੀਆਂ ਕਾਰਟੂਨ ਸੀ ਲੈ ਕੇ ਮੌਸੀਕੀ ਡਰਾਮਾ ਅਤੇ ਥੀਏਟਰ ਤੱਕ ਆਪਣੀ ਜ਼ੁਬਾਨ ਵਿੱਚ ਪੇਸ਼ ਕੀਤਾ ਨੇ। ਕਾਨਫਰੰਸ ਵਿੱਚ ਕਿਡ ਸਕੂਲ ਸਿਸਟਮ ਦੇ ਬੱਚਿਆਂ ਨੇ ਇੱਕ ਸਕਿੱਟ ਪੇਸ਼ ਕੀਤਾ ਜਿਸਦਾ ਨਾਂ ਮਾਂ ਆਇਆ। ਕਾਨਫਰੰਸ ਵਿੱਚ ਪ੍ਰੋਫੈਸਰ ਡਾਕਟਰ ਉਮੇ ਸਲਮਾ ਨੇ ਆਪਣਾ ਮਕਾਲਾ ਪੇਸ਼ ਕਰਦੇ ਹੋਏ ਕਿਹਾ ਕਿ ਇਨਸਾਨ ਆਪਣੀ ਮਾਦਰੀ ਜ਼ਬਾਨ ਦੀ ਵਜ੍ਹਾ ਨਾਲ ਦੂਸਰੀ ਮਖਲੂਕ ਸੀ ਮੁਖਤਲਿਫ ਹੈ ਅਤੇ ਇਹੀ ਸ਼ੈ ਇਹਨੂੰ ਦੂਸਰੀ ਮਖਲੂਕ ਸੀ ਮੁਮਤਾਜ਼ ਕਰਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਅਜਿਹੇ ਖਤੇ ਨਾਲ ਤਾਲੁਕ ਰੱਖਦੇ ਹਾਂ ਜਿਹੜੀ ਮਜ਼ਹਬੀ, ਸਿਆਸੀ, ਸਕਾਫਤੀ ਅਤੇ ਸਮਾਜੀ ਲਿਹਾਜ਼ ਨਾਲ ਬਹੁਤ ਅਹਿਮ ਹੈ ਅਤੇ ਅੱਜ ਦੇ ਇਸ ਕਾਨਫਰੰਸ ਵਿੱਚ ਸਭ ਔਰਤਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕੀਤਾ ਗਿਆ ਹੈ। ਕਾਨਫਰੰਸ ਵਿੱਚ ਯੂਨੀਵਰਸਿਟੀ ਮਾਡਲ ਸਕੂਲ ਦੀ ਨੂਰੁਲ ਇਮਾਨ ਨੇ ਮਜ਼ਾਹੀਆ ਤਕਰੀਰ ਪੇਸ਼ ਕੀਤੀ ਜਿਹਨੂੰ ਹਾਜ਼ਰੀਨ ਨੇ ਬੜਾ ਸਰਾਹਾ। ਯੂਨੀਵਰਸਿਟੀ ਮਾਡਲ ਸਕੂਲ ਦੀ ਸੀਨੀਅਰ ਟੀਚਰ ਰਕਸ਼ਾ ਅੰਜਮ ਨੇ ਇੱਕ ਨਜ਼ਮ ਪੇਸ਼ ਕੀਤੀ ਜਿਸਦਾ ਉਨਵਾਨ ਆਇਆ ਹਿੰਕੋਵਾਨ ਤੂੰ ਹਿੰਕੋ ਬੋਲ। ਹਿੰਕੋ ਬੋਲੀ ਤਾਂ ਹੈ ਅਨਮੋਲ, ਹਿੰਕੋਵਾਨ ਤੂੰ ਹਿੰਕੋ। ਖਵਾਤੀਨ ਕਾਨਫਰੰਸ ਵਿੱਚ ਪ੍ਰੋਫੈਸਰ ਗਜ਼ਾਲਾ ਯੂਸਫ ਐਸੋਸੀਏਟ ਪ੍ਰੋਫੈਸਰ ਸਿਟੀ ਗਰਲਸ ਕਾਲਜ ਨੇ ਆਪਣਾ ਮਕਾਲਾ ਪੇਸ਼ ਕਰਦੇ ਹੋਏ ਕਿਹਾ ਕਿ ਜ਼ਬਾਨ ਅਤੇ ਸਕਾਫਤ ਦਾ ਆਪਸ ਵਿੱਚ ਗਹਿਰਾ ਤਾਲੁਕ ਹੈ। ਜ਼ਬਾਨ ਨਾ ਸਿਰਫ ਅਬਲਾਗ ਦਾ ਜ਼ਰੀਆ ਵੇ ਬਲਕਿ ਇਹ ਆਪਣੀ ਸਕਾਫਤ ਤੋਂ ਵੀ ਮਹਿਫੂਜ਼ ਰੱਖਣ ਦਾ ਬਿਹਤਰੀਨ ਤਰੀਕਾ ਹੈ। ਜਿਨਾਹ ਵੁਮੈਨ ਕਾਲਜ ਦੀ ਪ੍ਰੋਫੈਸਰ ਮੁਹਤਰਮਾ ਡਾਕਟਰ ਤਜ਼ੀਨ ਗੁਲ ਨੇ ਆਪਣੇ ਮਕਾਲੇ 'ਚ ਕਿਹਾ ਕਿ ਜ਼ਬਾਨ ਇੱਕ ਤਲਾਈ ਜ਼ੰਜੀਰ ਹੈ ਜਿਹੜੀ ਕੌਮਾਂ ਨੂੰ ਆਪਸ ਵਿੱਚ ਮਿਲਾਉਂਦੀ ਹੈ, ਜਿਹੜੀ ਵਿਖਰੇ ਹੋਏ ਦਿਲਾਂ ਨੂੰ ਜੋੜਦੀ ਹੈ ਅਤੇ ਮੁੰਤਸ਼ਿਰ ਖਿਆਲਾਤ ਨੂੰ ਇੱਕ ਮਰਕਜ਼ 'ਤੇ ਇਕੱਠਾ ਕਰਦੀ ਹੈ। ਕਾਨਫਰੰਸ ਵਿੱਚ ਤਫਰੀਹ ਦਾ ਅਨਸਰ ਪੈਦਾ ਕਰਨ ਵਾਸਤੇ ਈਮਾਨ ਅਤੇ ਲਾਇਬਾ ਨੇ ਇੱਕ ਮਜ਼ਾਹੀਆ ਨਜ਼ਮ ਪੇਸ਼ ਕੀਤੀ। ਗੌਰਮੈਂਟ ਵੋਕੇਸ਼ਨਲ ਇੰਸਟੀਚਿਊਟ ਫਾਰ ਵੋਮੈਨ ਦੀ ਰਿਟਾਇਰਡ ਪ੍ਰਿੰਸੀਪਲ ਮੁਹਤਰਮਾ ਹਨੀਫਾ ਬੀਬੀ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਹ ਗੰਦਾਰਾ ਬੋਰਡ ਅਤੇ ਅਕੈਡਮੀ ਨੂੰ ਮੁਬਾਰਕਬਾਦ ਦਿੰਦੀਆਂ ਕਿ ਉਹਨਾਂ ਨੇ ਤਮਾਮ ਹਿੰਕੋਵਾਨ ਖਵਾਤੀਨ ਨੂੰ ਇਕੱਠਾ ਕੀਤਾ। ਇਹ ਇੱਕ ਕਾਬਲ ਤਹਿਸੀਨ ਅਮਲ ਹੈ ਕਿ ਆਪਣੀ ਜ਼ਬਾਨ ਇਸਤੇਮਾਲ ਕਰਨ, ਆਪਣੇ ਘਰ ਵਿੱਚ ਇਸਤੇਮਾਲ ਕਰਨ, ਆਪਣੇ ਬੱਚਿਆਂ ਦੇ ਲਈ ਇਸਤੇਮਾਲ ਕਰਨ। ਸਾਡੇ ਵਿੱਚ ਥੋੜੀਆਂ ਬਹੁਤੀਆਂ ਗਲਤੀਆਂ ਹੋ ਗਈਆਂ। ਕਾਨਫਰੰਸ ਵਿੱਚ ਇੱਕ ਮਲਟੀਮੀਡੀਆ ਪ੍ਰੈਜੈਂਟੇਸ਼ਨ ਪੇਸ਼ ਕੀਤੀ ਗਈ ਜਿਸ ਵਿੱਚ 3 ਮੁxtਲਿਫ ਸਵਾਲ ਜਵਾਬ ਦੇ ਸੈਸ਼ਨਸ ਹੈ। ਪਹਿਲੇ ਸੈਸ਼ਨ ਵਿੱਚ ਪਿਸ਼ੋਰ ਦੀ ਮੁxtਲਿਫ ਜਗ੍ਹਾ ਤੇ ਚੀਜ਼ਾਂ ਦੇ ਬਾਰੇ ਪੁੱਛਿਆ ਗਿਆ। ਦੂਸਰੇ ਮਸ਼ਹੂਰ ਹਿੰਕੋਵਾਨ ਸ਼ਖਸੀਅਤ ਦੇ ਬਾਰੇ ਪੁੱਛਿਆ ਗਿਆ ਤੇ ਤੀਸਰੇ ਸੈਸ਼ਨ ਵਿੱਚ ਹਿੰਕੋ ਮਤਲਾਂ ਦੇ ਬਾਰੇ 'ਚ ਖਵਾਤੀਨ ਸੀ ਸਵਾਲ ਜਵਾਬ ਕੀਤਾ ਗਿਆ ਤੇ ਇਨਾਮਾਤ ਤਕਸੀਮ ਕੀਤੇ ਗਏ। ਹਿੰਕੋਵਾਨ ਤ੍ਰਿਮਤਾ ਕਾਨਫਰੰਸ ਵਿੱਚ ਗਾਇਨਾਕੋਲੋਜਿਸਟ ਡਾਕਟਰ ਸ਼ੌਕਰਨ ਓਰੀਨ ਨੇ ਆਪਣੀ ਮਾਦਰੀ ਜ਼ੁਬਾਨ ਹਿੰਕੋ ਤੇ ਫਖਰ ਕਰਦੇ ਹੋਏ ਮਕਾਲਾ ਪੇਸ਼ ਕੀਤਾ ਕਿ ਉਹਨਾਂ ਨੇ ਕਿਹਾ ਕਿ ਆਪਣੇ ਮਾਂ ਪਿਓ ਤੇ ਦੂਸਰੇ ਰਿਸ਼ਤੇਦਾਰਾਂ ਦੇ ਇਲਾਵਾ ਸਾਡਾ ਇੱਕ ਰਿਸ਼ਤਾ ਆਪਣੀ ਮਾਦਰੀ ਜ਼ਬਾਨ ਨਾਲ ਵੀ ਹੈ। ਇਸ ਵਾਸਤੇ ਸਾਨੂੰ ਆਪਣੀ ਮਾਦਰੀ ਜ਼ਬਾਨ ਹਿੰਕੋ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਕਾਨਫਰੰਸ ਵਿੱਚ ਰੈਜ਼ੀਡੈਂਟ ਡਾਇਰੈਕਟਰ ਔਰਤ ਫਾਊਂਡੇਸ਼ਨ ਮੁਹਤਰਮਾ ਸ਼ਬੀਨਾ ਆਯਾਜ਼ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਹਿੰਕੋਵਾਨ ਨੂੰ ਆਪਣੇ ਪਿਓ ਦਾਦੇ ਦੀ ਜ਼ਿੰਦਗੀ, ਉਹਨਾਂ ਦੇ ਰਹਿਣ ਸਹਿਣ, ਰਸਮ ਓ ਰਿਵਾਜ 'ਤੇ ਫਖਰ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਵੀ ਕਿਸਮ ਦੀ ਅਹਿਸਾਸ ਕਮਤਰੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਡਾਕਟਰ ਗੁਲਨਾਸ ਅਰਸ਼ਦ ਨੇ ਹਿੰਕੋਵਾਨ ਖਵਾਤੀਨ 'ਤੇ ਆਪਣਾ ਤਹਿਕੀਕੀ ਮਕਾਲਾ ਪੇਸ਼ ਕੀਤਾ ਅਤੇ ਕਿਹਾ ਕਿ ਮੀਆਂ ਸ਼ਰੀਫ ਹੁਸੈਨ ਦੀ ਜੋਜਾ ਮੁਹਤਰਮਾ ਖੁਰਸ਼ੀਦ ਬੇਗਮ ਇਸ ਸੂਬੇ ਦੀ ਅਵਲੀਨ ਹਿੰਕੋਵਾਨ ਖਾਤੂਨ ਆਈਆਂ ਜਿਨ੍ਹਾਂ ਨੇ ਸੂਬੇ 'ਚ ਮੁਸਲਿਮ ਲੀਗ ਜਮਾਤ ਖਵਾਤੀਨ ਦੀ ਕਿਆਦਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਦੀਗਰ ਨਾਮਵਰ ਖਵਾਤੀਨ ਅਤੇ ਉਹਨਾਂ ਦੇ ਖਿਦਮਾਤ ਦੇ ਬਾਰੇ ਵੀ ਬਤਾਇਆ। ਸੋਸ਼ਲ ਮੀਡੀਆ ਦਾ ਮਕਬੂਲ ਗਰੁੱਪ ਪਿਸ਼ਾਵਰੀ ਵਾਈਨਸ ਨੇ ਵੀ ਮਜ਼ਾਹੀਆ ਸਕਿੱਟ ਪੇਸ਼ ਕੀਤਾ। ਨਹੀਂ ਨਹੀਂ ਅੱਛਾ ਗਲਤ ਕਰਨਾ ਚਾਹੀਦਾ।
کانفرنس دے اختتام تے مختلف قرارداداں ڈاکٹر سمینہ زاہد نے پیش کیتیاں جڑی حاضرین نے منظور کیتیاں۔ پہلی قرارداد دے مطابق ہنکو زبان نو ادبی، سماجی تے اقتصادی لحاظ نال او مقام دتا جاوے جڑا کہ اس دا حق ہے۔ دوسری قرارداد اچ اس عزم دا اظہار کیتا گیا کہ ہنکوان بچیاں اچ ہنکو زبان نو فروغ دینے دا اہتمام کیتا جاوے۔ تیسری قرارداد اچ ایک کیا گیا کہ 20-21-22 نومبر نو تیسری عالمی ہنکو کانفرنس نو کامیاب بنانے واسطے ہنکوان ترمتا عملی تعاون کر سن۔ چوتھی قرارداد اچ کیا گیا کہ سابقہ حکومت دے فیصلے دے مطابق خیبر پختونخوا دے تعلیمی اداریاں اچ ہنکو زبان سمیت 7 مقامی زباناں نو بطور اختیاری مضمون پڑھانے دا اہتمام کیتا جاوے۔ پانچویں قرارداد اچ کیا گیا کہ جتنے بھی ترقی یافتہ ممالک ہن انہاں نو اپنی مادری زبان اچ ترقی دی منزلاں طے کیتیاں، لہذا اسی بھی مطالبہ کرنے ہاں کہ ہنکو سمیت تمام مادری زباناں نو ترقی دیتی جاوے تاکہ اسی بھی اس ترقی دے سفر وچ اپنا مقام حاصل کر سکیاں۔ گھندارا ہنکو بورڈ دے ممبر ظفر نوید جانی، شن شوکت، احمد ندیم آوان، نوید قریشی، صادق صبا، ناصر حسین، سکندر حیات سکندر، ڈاکٹر صلاح الدین، محمد ضیاء الدین، ڈاکٹر سمینہ زاہد تے مہمان خصوصی آفتاب اقبال بانو، صدر مجلس فرحت جبین، مہمان اعزاز فرشتہ آوان، فصیحہ ضیاء تے تمام سکالرز اچ شیلڈ تے سرٹیفکیٹ تقسیم کیتے گئے۔ سکرپٹ کمرن پیش کرنے والے تمام بچیاں اچ مختلف سرٹیفکیٹ تقسیم کیتے گئے۔ وائس چیئرمین گندارا ہنکو بورڈ ڈاکٹر صلاح الدین نے سارے مہماناں دا شکریہ ادا کیتا تے انہاں نے کیا کہ اے ہنکوان ترمتا کانفرنس اس لحاظ نال تاریخی ہے کہ اے پہلی کانفرنس ہے تے اس لحاظ نال بھی اہم ہے کہ بڑے پرامن تے خوبصورت طریقے تے ایک کانفرنس منعقد ہوئی ہے تے اس کانفرنس وچ خواتین نے بھرپور طریقے نال شرکت کی تھی تے بچیاں نے بھی اپنی شرکت نال اس کانفرنس نو چار چند لگائے۔ جڑی خواتین ساڈی پشاور سے باہر سی آئی ہیں انہاں دا، لیکن یہ سب سے بڑی گل ہے کہ سامنے دی جگہ تانوں انہاں خواتین نال شناس کرانا ہے، انہاں خواتین نال تعارف کرانا ہے جڑے اس مقام دے اوتے ہون کہ جڑی سماج دے کار بلند ترین مقام ہوندا ہے، اس جگہ تے پہنچ کے بھی انہاں نے اپنی ماں بولی۔ مہماناں دی تواضع چائے تے کھانے دے نال کیتی گئی۔ منو بہت زیادہ خوشی ہوئی، میں کہہ ہوں کہ بار بار اسی طرح ہمون، ہر دفعہ اسی طرح ہمون کہ ساری ہنکو زبان و ترقی ملے۔ منو اپنی ہنکو زبان تے بہت فخر ہے۔ میں نے کانفرنس اٹینڈ کی تھی ہنکو دی، میں بہت زیادہ انہیں سے خوش ہوں۔ دیکھیں سب کام اپنی جگہ بہت اچھے ہوتے ہیں، لیکن سب سے بہتر ہوتا ہے کسی بھی فنکشن کو آرگنائز کرنا، اور آپ لوگوں نے اتنا اچھا آرگنائز کیا، چھوٹے بچوں سے لے کر ماشاء اللہ پی ایچ ڈی اسکالرس ڈاکٹرس تک سب لوگ کتنے پراپرلی آئے ہیں، ٹائم پر آرگنائز کیا ہے، سب کے اچھے اچھے کمنٹس۔